ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਿਸਾਨਾਂ ਦੇ ਹੱਕ ਦੇ ਲਈ ਕਈ ਸਕੀਮਾਂ ਦਾ ਐਲਾਨ ਕੀਤਾ ਗਿਆ, ਜਿਸ ਵਿੱਚੋਂ ਇੱਕ ਹੈ ਪੈਨਸ਼ਨ ਸਕੀਮ, ਜਿਸ ਵਿੱਚ 40 ਸਾਲ ਤੱਕ ਕਿਸਾਨ ਆਪਣੇ ਪੈਸੇ ਬੈਂਕਾਂ 'ਚ ਜਮ੍ਹਾਂ ਕਰਾਂਗੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਪੈਨਸ਼ਨ ਮਿਲੇਗੀ। ਹੁਣ ਇਸ ਸਕੀਮ ਤੇ ਪੰਜਾਬ ਦੇ ਕਿਸਾਨਾਂ ਦਾ ਕੀ ਕਹਿਣਾ ਹੈ, ਤੁਸੀਂ ਉਹਨਾਂ ਦੇ ਮੂੰਹੋਂ ਹੀ ਸੁਣ ਲਓ। ਦੇਖੋ ਜੀ, ਜਿਹੜੀ ਪ੍ਰਧਾਨ ਮੰਤਰੀ ਨੇ ਜਿਹੜੀਆਂ ਸਕੀਮਾਂ ਲਾਗੂ ਕਰਨ ਦਾ ਜਿਹੜਾ ਐਲਾਨ ਕੀਤਾ ਵਾ, ਸਾਡਾ ਤਾਂ ਇੱਕੋ ਹੀ ਆ ਵੀ ਅਗਰ ਉਹਨਾਂ ਨੂੰ ਥੱਲੇ ਤੱਕ ਲਾਗੂ ਕਰਕੇ ਤੇ ਆਮ ਲੋਕਾਂ ਤੱਕ ਪੁੱਜਦਾ ਕੀਤਾ ਜਾਵੇ, ਫਿਰ ਤਾਂ ਆਮ ਲੋਕ ਵੀ ਖੁਸ਼ ਹੋਣਗੇ, ਅਸੀਂ ਵੀ ਖੁਸ਼ ਹੋ ਜਾਵਾਂਗੇ ਵੀ ਕਿਸੇ ਦਾ ਭਲਾ ਹੋ ਗਿਆ। ਪਰ ਜੇ ਉਹ ਥੱਲੇ ਤੱਕ ਨਹੀਂ ਪੁੱਜਦੀਆਂ, ਪਹਿਲੀਆਂ ਸਕੀਮਾਂ ਵਾਂਗੂ ਹਵਾ ਹਵਾਈ ਹੋ ਜਾਂਦੀਆਂ, ਤਾਂ ਫਿਰ ਉਹ ਤੋਂ ਸਾਡੀ ਖੁਸ਼ੀ ਤਾਂ ਜਿਹੜੀ ਆ ਕੋਈ ਬਿਲਕੁਲੋਂ ਬਹੁਤੀ ਨਹੀਂ ਹੈਗੀ, ਕਿਉਂਕਿ ਸਾਨੂੰ ਪਤਾ ਇਹ ਹਰ ਵਾਰੀ ਐਵੇਂ ਹੁੰਦਾ, ਐਲਾਨ ਤਾਂ ਜ਼ਰੂਰ ਹੁੰਦੇ ਆ ਪਰ ਐਲਾਨ ਦੇ ਐਲਾਨ ਹੀ ਰਹਿ ਜਾਂਦੇ ਆ, ਉਹ ਵਾਅਦੇ ਜਿਹੜੇ ਆ ਉਹ ਪੂਰੇ ਨਹੀਂ ਕੀਤੇ ਜਾਂਦੇ। ਜੇਕਰ ਪੂਰੇ ਹੋ ਜਾਣ ਤਾਂ ਜਨਤਾ ਦਾ ਜਿਹੜਾ ਭਲਾ ਹੋ ਸਕਦਾ। ਡਾਕਟਰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਕੇ 50% ਮੁਨਾਫਾ ਜੋੜ ਕੇ ਕਿਸਾਨਾਂ ਨੂੰ ਭਾਅ ਦਿੱਤਾ ਜਾਵੇ ਅਤੇ ਇਹਨਾਂ ਦੇ ਚੋਣ ਵਾਅਦੇ ਅਨੁਸਾਰ ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਜਿਹੜਾ ਵਾ ਕਰਜ਼ਾ ਖਤਮ ਕੀਤਾ ਜਾਵੇ। 16 ਦੇਸ਼ਾਂ ਦੇ ਨਾਲ ਜਿਹੜਾ ਵਾ ਮੋਦੀ ਸਾਹਿਬ ਨੇ ਸਮਝੌਤਾ ਕੀਤਾ ਵਾ, WTO ਦੇ ਨੀਤੀਆਂ ਦੇ ਤਹਿਤ ਜਿਹੜਾ ਵਾ ਕਰ ਮੁਕਤ ਵਪਾਰ ਸਮਝੌਤਾ, ਉਹਦੇ ਤੋਂ ਮੋਦੀ ਸਰਕਾਰ ਬਾਹਰ ਆਵੇ ਅਤੇ ਸਾਡੀ ਮੰਡੀ ਤੋੜਨ ਦਾ ਸਮਝੌਤਾ ਰੱਦ ਕਰਕੇ ਅਤੇ ਸਰਕਾਰੀ ਖਰੀਦ ਦਾ ਜਿਹੜਾ ਪ੍ਰਬੰਧ ਕੀਤਾ ਜਾਵੇ ਤਾਂ ਕਿ ਸਾਡੀਆਂ ਫਸਲਾਂ ਦੇ ਪੂਰੇ ਭਾਅ ਮਿਲ ਸਕਣ ਅਤੇ ਅਸੀਂ ਜਿਹੜਾ ਵਾ ਖੁਦਕੁਸ਼ੀਆਂ ਤੋਂ ਜਿਹੜਾ ਵਾ ਕਿਸਾਨ ਮਜ਼ਦੂਰ ਬਾਹਰ ਆ ਸਕੇ। ਉਹ ਤਾਂ ਕਹਿਣਾ ਇਹੋ ਹੀ ਆ ਜੀ, ਇਹ ਸਭ ਜੁੰਡਲੇ ਹੀ ਆ, ਜੋ ਅੱਗੇ ਵੀ 5 ਸਾਲ ਇਹਨਾਂ ਨੇ ਵਾਅਦੇ ਕੀਤੇ ਸੀ ਉਹਦੇ ਵਿੱਚ ਕੁਛ ਨਹੀਂ ਨਿਕਲਿਆ। ਜਿਹੜੀ ਅੱਜ ਉਹਨੇ ਵਾਅਦੇ ਕਰਨ ਡਿਆ ਵੀ ਪੈਨਸ਼ਨ ਦੀ ਗੱਲ, ਜਿਹੜੀ ਸਭ ਤੋਂ ਵੱਡੀ ਆ ਪੈਨਸ਼ਨ ਦੀ ਗੱਲ, ਇਹ ਆ ਵੀ 40 ਸਾਲ ਤੱਕ ਉਹਦੇ ਜਮ੍ਹਾਂ ਕਰਵਾਓ, 60 ਸਾਲ ਨੂੰ ਤੁਹਾਡੀ ਪੈਨਸ਼ਨ ਲੱਗੂਗੀ। ਅੱਜ ਦੇ ਸਮੇਂ ਦੇ ਵਿੱਚ 60 ਸਾਲ ਤਾਂ ਬੰਦੇ ਦੀ ਉਮਰ ਰਹਿ ਗਈ ਹੈ, 60 ਸਾਲ ਤੋਂ ਗਾੜੀ ਬੰਦਾ ਕੋਈ ਜਾਣਾ ਨਹੀਂ ਰਿਹਾ, ਅਤੇ 40 ਸਾਲ ਤੱਕ ਜਿਹੜੇ ਅਸੀਂ ਪੈਸੇ ਜਮ੍ਹਾਂ ਕਰਾਵੇਗਾ ਸਰਕਾਰ ਦੇ ਕੋਲ ਹੀ ਰਹਿ ਜਾਣੇ ਆ, ਕਿਉਂ ਉਹਨੂੰ ਪੈਨਸ਼ਨ ਤਾਂ ਮਿਲਣੀ, 60 ਸਾਲ ਬਾਅਦ ਤਾਂ ਬੰਦਾ ਚੱਲ ਜਾਂਦਾ। ਇਸ ਕਰਕੇ ਇਹ ਸਿਰਫ ਇਹਨਾਂ ਨੇ ਪੈਸਾ ਜਮ੍ਹਾਂ ਕਰਨ ਦਾ ਕਰਕੇ ਲੋਕਾਂ ਕੋਲ ਪੈਸਾ ਖੋਣ ਦੀ ਤਿਆਰੀ ਇਹਨਾਂ ਦੀ, ਕਿਸੇ ਨਾ ਕਿਸੇ ਤਰੀਕੇ ਬਣਾ ਕੇ ਇਹ ਖੋ ਕੇ ਆਪਣੇ ਖਜ਼ਾਨੇ ਭਰਨਗੇ, ਲੋਕਾਂ ਨੂੰ ਲੁੱਟਣਗੇ, ਉਸੇ ਤਰੀਕੇ ਨਾਲ ਮੁੜ ਕੇ ਕੁੱਟਣਗੇ ਜੋ ਪਿੱਛੇ ਕਰ ਰਹੇ 5 ਸਾਲ ਦਾ ਕੀਤਾ, ਉਹ ਹੀ ਇਹਨਾਂ ਨੇ ਗਾੜੀ ਕਰਨਾ, ਇਹਨਾਂ ਤੋਂ ਸਾਨੂੰ ਏਡੀ ਵੱਡੀ ਕੋਈ ਆਸ ਨਹੀਂ ਗਈ। ਕਿਸਾਨਾਂ ਦਾ ਕਹਿਣਾ ਹੈ ਕਿ ਇਨਸਾਨ ਦੀ ਉਮਰ ਸਿਰਫ 50 ਸਾਲ ਰਹਿ ਚੁੱਕੀ ਹੈ ਤੇ ਦੇਸ਼ ਦੇ ਪ੍ਰਧਾਨ ਮੰਤਰੀ 40 ਸਾਲ ਤੱਕ ਕਿਸਾਨਾਂ ਨੂੰ ਪੈਸਾ ਜਮ੍ਹਾਂ ਕਰਾਉਣ ਦੀ ਗੱਲ ਕਹਿ ਰਹੇ ਨੇ। ਉਹਨਾਂ ਕਿਹਾ ਕਿ ਕਿਸਾਨਾਂ ਦੇ ਨਾਲ ਠੱਗੀ ਕੀਤੀ ਜਾ ਰਹੀ ਹੈ। ਇੰਨਾ ਹੀ ਨਹੀਂ, ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਦੇਸ਼ ਦੇ ਪ੍ਰਧਾਨ ਮੰਤਰੀ ਦੇਸ਼ ਦੇ ਕਿਸਾਨ ਦੀ ਇੰਨੀ ਫਿਕਰ ਕਰਦੇ ਨੇ ਤਾਂ ਸਭ ਤੋਂ ਪਹਿਲਾਂ ਸਵਾਮੀਨਾਥਨ ਰਿਪੋਰਟ ਨੂੰ ਲਾਗੂ ਕਰਨ। ਅੰਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। धरती से जुड़ा खेल कबड्डी, दाव पेच, उठक पटक, चाल पे चाल, जैसे एनर्जी का डबल धमाल। मुझे प्यार है इस गेम से, खुशी है इस बात की कि ये गेम बदलेगा। 13 मई से देखिए इंडो इंटरनेशनल प्रीमियर कबड्डी लीग, जहां होगी हुनर की टक्कर जज्बे से। ਕੈਨੇਡਾ ਸਟੂਡੈਂਟ ਵੀਜ਼ਾ ਤੇ ਜਾਣ ਵਾਲਿਆਂ ਲਈ ਹੁਣ ਖਾਸ ਖੁਸ਼ਖਬਰੀ, GIC ਦੀ ਫੀਸ ਨਹੀਂ ਵੱਧ ਰਹੀ। ਇਫੈਕਟਿਵ 1 ਅਪ੍ਰੈਲ ਤੋਂ GIC ਦੀ ਫੀਸ 10,200 ਹੀ ਰਹੇਗੀ। ਸੋ ਜੇ ਤੁਸੀਂ ਸਪਟੈਂਬਰ ਜਾਂ ਜਨਵਰੀ ਸੈਸ਼ਨ ਲਈ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਤੇ ਅੱਜ ਹੀ ਕਾਲ ਕਰੋ 92563।